ਅਮੈਂਡਮੈਂਟ ਤੋਂ ਡੀਸੀਆਰਜੀ ਨਹੀਂ ਸੀ ਮਿਲ ਸਕਦੀ। ਜਿਹੜੇ ਲੋਕ ਕਹਿੰਦੇ ਯਾਰ ਚਿੱਟੀ ਕਰਤੀ ਲੋਲੀਪੋਪ ਦੇਤਾ, ਮੈਂ ਸਮਝਦਾ ਉਹ ਲੋਕਾਂ ਨੂੰ ਅਜੇ ਨੌਲੇਜ ਨੀ ਹੈਗੀ ਕਿ ਸਰਕਾਰੀ ਕੰਮ ਕਿਵੇਂ ਹੁੰਦਾ। ਉਹ ਲਿਖਣਾ ਜਾਣਦੇ ਰਜਾਈ ਦੇ ਵਿੱਚ ਬੈਠ ਕੇ ਵਟਸਐਪ ਤੇ, ਪਰ ਅਸਲੀਅਤ ਤੋਂ ਕੋਹਾ ਦੂਰ ਹੁੰਦੇ। ਜੇ ਉਹ ਸਾਥੀਆਂ ਨੂੰ ਕਹੋ ਵੀ ਆ ਕੇ ਇੱਥੇ ਲੜਾਈ ਲੜੇ, ਉਹ ਲੜਾਈ ਨਹੀਂ ਲੜ ਸਕਦੇ। ਉਹ ਸਿਰਫ ਲੜਾਈ ਦੇ ਵਿੱਚ ਭੀਸ਼ਣ ਵਾਲੀ ਭੂਮਿਕਾ ਨਿਭਾ ਸਕਦੇ ਆ, ਰਜਾਈ 'ਚ ਬੈਠ ਕੇ ਐਂਟੀ ਲਿਖ ਸਕਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਵਿੱਚ ਕੰਮ ਕੀ, ਤਕਨੀਕੀ ਕੀ ਚੀਜ਼ ਆ। ਟੈਕਨੀਕਲੀ ਇਹ ਆ ਵੀ ਉਹ ਰੂਲ ਅਮੈਂਡ ਹੋਣੇ ਆ। 31-7 ਦੀ ਲੈਟਰ ਇਸ਼ੂ ਕਰਵਾਈ ਆ, ਜਿਹਦੇ ਵਿੱਚ ਉਹਨੇ ਡੈਡ ਲਾਈਨ ਦਿੱਤੀ ਆ ਵੀ 31-7 ਤੱਕ ਰੂਲ ਅਮੈਂਡ ਕਰਕੇ ਨੋਟੀਫਿਕੇਸ਼ਨ ਇਸ਼ੂ ਹੋਊਗੀ ਡੀਸੀਆਰਜੀ ਪਿੱਛੇ। ਹੁਣ ਦੱਸੋ ਕਿ ਉੱਥੇ ਅਸੀਂ ਕਹਿੰਦੇ ਵੀ ਹੁਣੇ ਪਹਿਲੇ ਫਾਈਲ ਸਾਨੂੰ ਦਿਓ, ਅਸੀਂ ਲਿਖ ਕੇ ਕੱਚ ਮਾਰ ਕੇ ਪਹਿਲੇ ਲੈ ਕੇ ਜਾਂਦੇ ਅੱਡੇ ਵੀ ਆਹ ਕਰ ਦਿਓ, ਕਿ ਉਸੇ ਸਮੇਂ ਕਰ ਦਿੰਦੇ। ਫਿਰ ਪਰਸੋਨਲ ਕੋ ਜਾਓ, ਫਿਰ LR ਕੋ ਜਾਓ, ਫਿਰ ਅਸੀਂ ਕੈਬਨਿਟ ਬਣਾਉਂਦੇ ਨਾ ਜੀ ਨਾ, ਉਹ ਕੱਲ੍ਹ ਨੂੰ ਕੋਲ ਰੋਕਣਾ, ਤਿੰਨਾਂ ਤੋਂ ਕੱਢੋ ਅਤੇ ਸ਼ਾਮ ਨੂੰ ਕੈਬਨਿਟ ਮਿਲਾਓ, ਰੋਲਮੈਂਟ ਕਰੋ, ਕਿਵੇਂ ਨਹੀਂ ਹੋਇਆ ਕਰਦਾ। ਸੋ ਇਹ ਗਲਤ ਗੱਲਾਂ ਜਿਹੜੀਆਂ ਕਰਦੇ ਲੋਕ, ਉਹਨਾਂ ਤੋਂ ਬਚੋ। ਤੁਹਾਡੀ ਇੱਕ ਨਵੇਂ ਸਾਥੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਦਾ ਇੱਕ ਸੰਸਥਾ ਬਣੀ ਹੋਈ ਹੈ NPS ਦੀ, ਵਧੀਆ ਕੰਮ ਕਰ ਰਹੇ ਆ। ਉਹਨਾਂ ਨੇ ਬਠਿੰਡੇ ਦੇ ਵਿੱਚ ਰੈਲੀ ਰੱਖੀ, ਉਸ ਤੋਂ ਬਾਅਦ ਉੱਥੇ ਦਿਨਾਂ ਦਿਨ ਪਾਈ ਜਾ ਰਿਹਾ ਉਹ, ਅਸੀਂ ਕਰਾਤਾ ਜੀ ਬਹੁਤ ਵਧੀਆ ਯਾਰ, ਅਸੀਂ ਉਹਨਾਂ ਦੀ ਤਾਰੀਫ ਕਰਦੇ, ਤੁਸੀਂ ਕੰਮ ਕੀਤਾ ਠੀਕ ਆ, ਤੁਹਾਡਾ ਵੀ ਯੋਗਦਾਨ ਹੋਏਗਾ। ਪਰ ਇੱਕ ਚੀਜ਼ ਨੂੰ ਕਹਿਣਾ ਕਿ ਜੋ ਸਾਡੀ ਡਿਮਾਂਡ ਹੀ ਨਹੀਂ ਉਦੋਂ ਕ੍ਰੈਡਿਟ ਫ੍ਰੀ 'ਚ ਲੈਣਾ ਚੰਗੀ ਗੱਲ ਨਹੀਂ ਹੁੰਦੀ। ਹਾਂ, ਤੁਸੀਂ ਕਹੋ ਕਿ ਜਿਹਨੇ ਸਾਥੀਆਂ ਨੇ ਮਿਹਨਤ ਕੀਤੀ ਆ ਉਹ, ਉਹਨਾਂ ਦੀ ਅਸੀਂ ਸ਼ੁਕਰਗੁਜ਼ਾਰ ਆ, ਮਿਹਨਤ ਅਸੀਂ ਵੀ ਕੀਤੀ। ਲੇਕਿਨ ਉਹ ਚੀਜ਼ ਨੂੰ ਇਹ ਇਸ ਤਰ੍ਹਾਂ ਪੇਸ਼ ਕਰਨਾ ਕਿ ਦੂਜੇ ਨੂੰ ਜੀਰੋ ਕਰਨਾ, ਮੈਂ ਹੀਰੋ ਬਣਾ, ਉਹ ਚੀਜ਼ ਨਹੀਂ ਚੰਗੀ ਲੱਗਦੀ ਹੁੰਦੀ। ਅਸੀਂ ਉਹਨਾਂ ਦੀਆਂ ਸਟੇਜਾਂ ਤੇ ਗਏ, ਭਾਈ ਅਸੀਂ ਤੁਹਾਡੀ ਮਦਦ ਕਰਨ ਵਾਲੇ। ਉਹ ਪਤਾ ਕੀ ਕਹਿੰਦੇ ਸਟੇਜ ਤੋਂ ਚੜ ਕੇ, ਉਹ ਭਾਈ ਜਦੋਂ ਸਾਡੀ ਇਹ ਗੱਲ ਹੋਈ ਸੀ 2004 ਤੋਂ ਬਾਅਦ ਇਹਨਾਂ ਨੇ ਕਦੀ ਸਾਨੂੰ ਹੱਥ ਪੱਲਾ ਨਹੀਂ ਫੜਾਇਆ, ਅੱਜ ਅਸੀਂ ਜ਼ੋਰ 'ਚ ਆ ਗਏ, ਅੱਜ ਸਾਡਾ ਪ੍ਰੈਸ਼ਰ ਅੱਜ ਆ ਗਏ ਇੱਥੇ। ਬਈ ਜਦੋਂ ਲੜਾਈ ਲੜਨੀ ਆ ਉਹਨੂੰ ਸਾਰਿਆਂ ਧਿਰਾਂ ਦਾ ਸਮਰਥਨ ਲਈਦਾ। ਜੇ ਅੱਜ ਅਸੀਂ ਕਹਿ ਦਈਏ ਵੀ ਸਾਂਝਾ ਮੁਲਾਜ਼ਮ ਮੰਚ ਜੀ ਬੜਾ ਉੱਪਰ ਆਸਮਾਨ ਚੜ ਗਿਆ, ਅਸੀਂ ਫੈਡਰੇਸ਼ਨ ਨੂੰ ਸਮਝਦੇ ਕੁਛ ਨਹੀਂ, ਸਾਡੀ ਬੇਵਕੂਫੀ ਹੋਏਗੀ। ਉਹ ਬੰਦਿਆਂ ਦੀ ਘਾਲ ਨਾਲ ਉਹਨਾਂ ਨੇ ਸਮਾਜ ਨੂੰ, ਮੁਲਾਜ਼ਮਾਂ ਨੂੰ ਬਹੁਤ ਕੁਛ ਦਿੱਤਾ ਫੈਡਰੇਸ਼ਨਾਂ ਨੇ, ਤੇ ਅੱਜ ਵੀ ਅਸੀਂ ਕਹਿੰਦੇ ਤੁਸੀਂ ਸਾਡੇ ਨਾਲ ਹੋ, ਅਸੀਂ ਤੁਹਾਡੇ ਨਾਲ ਹੀ, ਆਪਾਂ ਇਕੱਠੇ ਹੋ ਕੇ। ਸੋ NPS ਵਾਲੇ ਸਾਥੀਆਂ ਨੂੰ ਇਹ ਸਮਝਾਓ ਕਿ ਆਪਣੀ ਲੀਡਰਸ਼ਿਪ ਨੂੰ ਭਾਈ ਸਾਥ ਲਈਦਾ ਹੁੰਦਾ, ਸਾਥ ਤੋੜੀਦਾ ਨਹੀਂ ਹੁੰਦਾ। ਮੁਲਾਜ਼ਮ ਆਪਾਂ ਮੁਲਾਜ਼ਮ ਹੀ ਆ, ਅੱਜ ਤੁਸੀਂ ਕੱਲ੍ਹ ਨੂੰ ਪੁਰਾਣੀ ਪੈਨਸ਼ਨ ਮਿਲ ਗਈ, ਫਿਰ ਤੁਸੀਂ ਵੀ ਉਹਦੇ 'ਚ ਹੀ ਆ ਗਏ। ਅੱਜ ਤੁਹਾਡਾ ਪ੍ਰੋਫੈਸ਼ਨ ਕਲੀਅਰ ਹੋ ਗਿਆ, ਅੱਜ ਤੁਹਾਨੂੰ DA ਮਿਲਣ ਲੱਗ ਗਿਆ, ਤੁਹਾਨੂੰ ਵੀ ਏਰੀਅਰ ਮਿਲਣਾ, ਤੇ ਫਰਕ ਕੀ ਰਹਿ ਗਿਆ? ਤੇ ਜੇ ਵੰਡੀਆਂ ਪਾਲਾਂਗੇ ਤੇ ਫਿਰ ਕੀ ਕਰਾਂਗੇ? ਫਿਰ ਕੱਖ ਨਹੀਂ ਮਿਲਣਾ। ਸੋ ਵੰਡੀਆਂ ਨਾ ਪਾਈਏ। ਮੈਂ ਉਹਨਾਂ ਦੀ ਜਿਹੜੀ ਉਹਨਾਂ ਦਾ ਸੰਘਰਸ਼ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਐਪਰੀਸ਼ੀਏਟ ਕਰਦਾ, ਸਾਡੀ ਸਾਰੀ ਲੀਡਰਸ਼ਿਪ ਐਪਰੀਸ਼ੀਏਟ ਕਰਦੀ ਆ। ਉਹ ਆਣ, ਤਗੜੇ ਹੋਣ, ਨਾਲ ਸਾਡੇ ਨਾਲ ਮਿਲਣ, ਅਸੀਂ ਉਹਨਾਂ ਨਾਲ ਮਿਲੀਏ ਤਾਂ ਕਿ ਆਪਾਂ ਇਕੱਠੇ ਹੋ ਕੇ ਲੜਾਈ ਲੜ ਸਕੀਏ। ਤੁਹਾਡੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ, ਗਰੰਟੀ ਆ। 2 ਮਹੀਨੇ ਰਹਿ ਗਏ ਪੁਰਾਣੀ ਪੈਨਸ਼ਨ ਸਕੀਮ ਤੇ ਪ੍ਰੋਬੇਸ਼ਨ ਦਾ ਜਿਹੜਾ ਬੈਨੀਫਿਟ ਆ ਉਹ ਵੀ ਜਲਦੀ ਦਵਾ ਦਾਂਗੇ, ਆਉਣ ਵਾਲਾ ਟਾਈਮ ਆ, ਵੇਟ ਕਰੋ। ਦੇਖੋ ਪੁਰਾਣੇ ਸਾਥੀਆਂ ਨੇ ਇੱਕ DA 7% ਦਾ ਲਿੰਕ ਹੀ ਕਰਾਇਆ, ਹੋਰ ਤਾਂ ਕੁਛ ਨਹੀਂ ਮਿਲਿਆ। ਉਹ ਵਿਚਾਰੇ ਸੈਟਿਸਫਾਈਡ ਹੋ, ਤੁਹਾਡੀ 5 ਮੰਗਾਂ ਹੋ ਗਿਆ, ਫਿਰ ਵਿੱਚੋਂ ਵਿੱਚ ਅਨਸੈਟਿਸਫੈਕਸ਼ਨ ਜਿਹੜੀ ਆਪਾਂ ਸ਼ੋਅ ਕਰ ਰਹੇ ਹਾਂ ਉਹ ਨਹੀਂ ਕਰਨੀ ਚਾਹੀਦੀ। ਪਹਿਲੇ ਥੈਂਕਸ ਕਰਨਾ ਜ਼ਰੂਰ ਸਿੱਖੀਏ, ਉਸ ਤੋਂ ਬਾਅਦ ਅਗਲੀ ਲੜਾਈ ਲੜਨ ਲਈ ਆਪ ਵਿੱਚ ਇਨਵੋਲਵ ਹੋ, ਆਪ ਆਓ ਅੱਗੇ ਵੀ ਹਾਂ ਅਸੀਂ ਲੜਾਈ ਲੜਨੀ ਚਾਹੁੰਦੇ ਹਾਂ। ਸਾਥੀ ਜੀ ਸਾਨੂੰ ਵੀ ਅੱਗੇ ਅਹਿਮ ਭੂਮਿਕਾ ਦਿਓ, ਆਪ ਅੱਗੇ ਅਹਿਮ ਭੂਮਿਕਾ ਲਓ, ਆਪ ਗੱਲਾਂ ਬਾਤਾਂ ਕਰੋ, ਆਪ ਇਨਪੁੱਟ ਦਿਓ, ਤੁਹਾਨੂੰ ਆਪੇ ਕਹਾਣੀ ਸਮਝ ਆ ਜਾਣੀ ਵੀ ਹਾਂ।